ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਦੁਬਾਰਾ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਲੈ ਕੇ ਸੁਨਾਮ ਦੇ ਇੱਕ ਪਵਿੱਤਰ ਦਰਗਾਹ ਪੀਰ ਬਾਬਾ ਬੀਬਲ ਸਿੰਘ ਜੀ। ਸੋ ਆਓ ਜੀ ਫਿਰ ਆਪਾਂ ਚੱਲੀਏ ਬਾਬਾ ਜੀ ਦੇ ਦਰਸ਼ਨ ਕਰਨ। ਇਹ ਜੋ ਬਾਬਾ ਜੀ ਦੀ ਦਰਗਾਹ ਜੀ, ਇਹ ਆਪਣਾ ਜਾਖਲ ਰੋਡ 'ਤੇ ਸਥਿਤ ਆ ਜੀ। ਇਸ ਨਾਮ ਤੋਂ 2-2.5 ਕਿਲੋਮੀਟਰ ਦੂਰ ਹੋਣੀ ਜੀ। ਆਪਾਂ ਪਹੁੰਚ ਗਏ ਹਾਂ ਪੀਰ ਬਾਬਾ ਬੀਬਲ ਸਿੰਘ ਜੀ ਦੀ ਦਰਗਾਹ 'ਤੇ ਜੀ। ਸੋ ਆਓ ਜੀ ਅੰਦਰ ਜਾ ਕੇ ਦਰਸ਼ਨ ਕਰੀਏ ਆਪਾਂ। ਜਦੋਂ ਮੈਂ ਇੱਥੇ ਪਿਛਲੀ ਵਾਰੀ ਆਇਆ ਸੀ ਤਾਂ ਕੁਛ ਵੀ ਨਹੀਂ ਸੀ ਜੀ, ਹੁਣ ਸ਼ੈੱਡ ਵਗੈਰਾ ਪਾ ਰੱਖੇ ਨਹੀਂ ਜੀ, ਉਦੋਂ ਓਪਨ ਏਰੀਆ ਸੀ ਜੀ। ਬਾਕੀ ਆਲੇ ਦੁਆਲੇ ਚਾਰੋਂ ਤਰਫ ਜੰਗਲ ਹਰਿਆਲੀ ਹੈ ਜੀ, ਪੂਰਾ ਪੰਛੀ ਨੇ, ਛੋਟੇ ਛੋਟੇ ਜਾਨਵਰ ਨੇ ਜੀ, ਬਹੁਤ ਸੁੰਦਰ ਜਗ੍ਹਾ, ਤੁਸੀਂ ਆ ਕੇ ਦੇਖਿਓ। ਤੁਸੀਂ ਪੰਛੀਆਂ ਜਾਨਵਰਾਂ ਦੀ ਆਵਾਜ਼ ਸੁਣ ਸਕਦੇ ਹੋ ਜੀ, ਬਹੁਤ ਸੁੰਦਰ ਜਗ੍ਹਾ ਜੀ, ਸਾਫ਼ ਸਫਾਈ ਵੀ ਬਹੁਤ ਚੰਗੀ ਕੀਤੀ ਹੋਈ ਆ। ਆ ਜਿਹੜੇ ਮਿੱਟੀ ਦੇ ਭੜੋਲੇ ਪਏ ਨੇ ਜੀ, ਇਹ ਵੀ ਇੱਥੇ ਲੋਕ ਸੁੱਕ ਕੇ ਜਾਂਦੇ ਨੇ ਜੀ। ਜਿਨ੍ਹਾਂ ਵਿਅਕਤੀਆਂ ਦੀ ਜਾਂ ਜਿੰਨੇ ਬੱਚਿਆਂ ਦੀ ਸਿਹਤ ਨਹੀਂ ਮੰਨਦੀ ਜੀ, ਸਰੀਰ ਪੱਖੋਂ ਕਮਜ਼ੋਰ ਹੁੰਦੇ ਨੇ, ਉਹ ਆਪਣੀ ਇੱਥੇ ਮੰਨਤ ਲੈ ਕੇ ਆਉਂਦੇ ਨੇ ਕਿ ਅਸੀਂ ਭੜੋਲੇ ਵਰਗੇ ਹੋ ਜਾਈਏ, ਤਾਂ ਮੰਨਤ ਪੂਰੀ ਹੋਣ ਤੋਂ ਬਾਅਦ ਜੀ ਬਾਬਾ ਜੀ ਦੇ ਉਹ ਭੜੋਲਾ ਚੜ੍ਹ ਕੇ ਜਾਂਦੇ ਨੇ। ਉਹ ਸਾਹਮਣੇ ਜਾਨਵਰਾਂ ਦੇ ਪਾਣੀ ਪੀਣ ਲਈ ਜੀ ਮਿੱਟੀ ਦੇ ਭਾਂਡੇ ਰੱਖੇ ਹੋਏ ਨੇ, ਤੁਸੀਂ ਵੀ ਸੇਵਾ ਲਈ ਇੱਥੇ ਮਿੱਟੀ ਦੇ ਬਰਤਨ ਲੈ ਕੇ ਆ ਸਕਦੇ ਹੋ, ਨਾਦ ਲੈ ਕੇ ਆ ਸਕਦੇ ਹੋ। ਆਓ ਜੀ ਆਪਾਂ ਅੰਦਰ ਜਾ ਕੇ ਕਰੀਏ ਦਰਸ਼ਨ। ਹਾਂ ਸਾਹਮਣੇ ਲਿਖਿਆ ਹੋਇਆ ਜੀ ਜੈ ਪੀਰ ਬਾਬਾ ਬੀਬਲ ਸਿੰਘ ਜੀ, ਜ਼ਰੂਰੀ ਬੇਨਤੀ, ਰੋੜ ਬਾਬਾ ਜੀ ਦੀ ਬੜੀ ਸਮਾਧ ਦੇ ਕੱਪੜੇ ਨੀਚੇ ਹਨ, ਰੋੜ ਹੱਥ ਵਿੱਚ ਹੀ ਚੁੱਕੋ ਜੀ। ਜੇਕਰ ਤੁਸੀਂ 1 ਰੋੜ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ 2 ਰੋੜ ਚੜ੍ਹਾ ਕੇ ਜਾਣੇ ਪੈਣਗੇ ਜੀ। ਰੋੜ ਨੂੰ ਤੁਸੀਂ ਕੱਪੜੇ ਵਿੱਚ ਬੰਨ੍ਹ ਕੇ ਆਪਣੇ ਗਲੇ ਵਿੱਚ ਜਾਂ ਆਪਣੇ ਹੱਥ ਵਿੱਚ ਬੰਨ੍ਹ ਸਕਦੇ ਹੋ ਜੀ। ਇਹ ਪੀਰ ਬਾਬਾ ਜੀ ਨੇ ਜੀ, ਇਹ ਜੋ ਇੱਥੇ ਦੀ ਕਮੇਟੀ ਆ ਜੀ, ਉਹ ਹਿੰਦੂ ਸਿੱਖ ਮੁਸਲਮਾਨ ਭਰਾਵਾਂ ਦੀ ਆ ਜੀ। ਉਹਨਾਂ ਨੇ ਦੱਸਿਆ ਕਿ ਇਹ ਪਹਿਲਾਂ ਮਤਲਬ ਇਕੱਲੀ ਦਰਗਾਹੀ ਹੁੰਦੀ ਸੀ, ਇੱਥੇ ਸਾਰਾ ਓਪਨ ਏਰੀਆ ਸੀ, ਇਹ ਬਿਲਡਿੰਗ ਬਾਅਦ ਵਿੱਚ ਬਣਾਈ ਗਈ ਹੈ ਜੀ, ਇਹ 47 ਤੋਂ ਪਹਿਲਾਂ ਦੀ ਹੈ ਜੀ। ਲਓ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਪੀਰ ਬਾਬਾ ਬੀਬਲ ਸਿੰਘ ਜੀ ਦੇ। ਇੱਥੇ 10 ਗੁਰੂਆਂ ਦੀ ਤਸਵੀਰ ਵੀ ਹੈ ਜੀ। ਇਹ ਬਾਬਾ ਜੀ ਦੀ ਚਿਰਾਗ ਦੁਆਰ ਹੈ ਜੀ। ਦਰਗਾਹ ਦੇ ਚਾਰੋਂ ਤਰਫ ਜੀ ਜੰਗਲ ਏਰੀਆ ਪੂਰਾ। ਇਹ ਲੋਕਾਂ ਵੱਲੋਂ ਝਾੜੂ, ਨਮਕ ਦੇ ਥੈਲੀਆਂ ਵਗੈਰਾ ਚੜ੍ਹਾਈਆਂ ਗਈਆਂ ਨੇ ਜੀ। ਕਿਸੇ ਵਿਅਕਤੀ ਨੂੰ ਕੋਈ ਵੀ ਬਿਮਾਰੀ ਜਿਵੇਂ ਖੁਜਲੀ ਵਗੈਰਾ, ਫੁੰਸੀਆਂ ਵਗੈਰਾ, ਜਾਂ ਕੋਈ ਬਿਮਾਰ ਵਗੈਰਾ ਰਹਿੰਦਾ ਕਾਫੀ ਟਾਈਮ ਤੋਂ, ਉਹ ਇੱਥੇ ਸਰੋਵਰ ਵਿੱਚ ਇਸ਼ਨਾਨ ਕਰਕੇ ਜਾਂਦੇ ਨੇ ਅਤੇ ਸੁੱਕ ਕੇ ਜਾਂਦੇ ਨੇ ਜੀ, ਅਤੇ ਠੀਕ ਹੋਣ ਤੋਂ ਬਾਅਦ ਜੀ ਉਹ ਇੱਥੇ ਆਪਣੀ ਸੁੱਖਾਂ ਪੂਰੀਆਂ ਕਰਦੇ ਨੇ ਅਤੇ ਆਹ ਸਮੱਗਰੀ ਚੜ੍ਹਾ ਕੇ ਜਾਂਦੇ ਨੇ ਜੀ। ਇਹ ਬਾਬਾ ਜੀ ਦਾ ਨਿਸ਼ਾਨ ਆ ਗਿਆ ਜੀ, ਨਿਸ਼ਾਨ ਸਾਹਿਬ। ਆਈਟਾਂ ਦੇ ਛੋਟੇ ਛੋਟੇ ਘਰ ਬਣਾਏ ਹੋਏ ਨੇ ਲੋਕਾਂ ਨੇ।
ਬਾਕੀ ਆਪਦੀ ਆਪਦੀ ਸ਼ਰਧਾ ਹੀ ਸਭ ਦੀ। ਆਪਾਂ ਚੱਲੇ ਜੀ ਹੁਣ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਉਣ। ਇੱਕ ਛੋਟਾ ਜਿਹਾ ਸਰੋਵਰ ਬਣਿਆ ਹੋਇਆ ਬਾਬਾ ਜੀ ਦਾ, ਜਿਹਦੇ ਵਿੱਚ ਇਸ਼ਨਾਨ ਕਰਨ ਨਾਲ ਜੀ ਰੋਗਾਂ ਤੋਂ ਮੁਕਤੀ ਮਿਲਦੀ ਆ। ਇਹ ਸਾਰੀ ਜੋ ਜੰਗਲ ਏਰੀਆ ਜੀ ਬਾਬਾ ਜੀ ਦਾ ਹੀ ਹੈ। ਸੋ ਇਹ ਆ ਗਿਆ ਜੀ ਉਹ ਪਵਿੱਤਰ ਸਰੋਵਰ। ਆਪਾਂ ਨੂੰ ਜੋ ਵੀ ਰੋਗ ਲੱਗਿਆ ਹੁੰਦਾ ਜੀ ਉਹ ਆਪਾਂ ਇਸ਼ਨਾਨ ਕਰਨ ਤੋਂ ਪਹਿਲਾਂ ਮੰਗ ਲਓ ਬਾਬਾ ਜੀ ਤੋਂ। ਅਤੇ ਸ਼ਨੀਵਾਰ ਨੂੰ ਇੱਥੇ ਇਸ਼ਨਾਨ ਕਰਾ ਜਾਂਦਾ ਜੀ। ਸ਼ਨੀਵਾਰ ਨੂੰ ਇੱਥੇ ਕਾਫੀ ਸੰਖਿਆ ਦੇ ਵਿੱਚ ਲੋਕ ਵੀ ਇਕੱਠੇ ਹੁੰਦੇ ਨੇ ਜੀ ਬਾਬਾ ਜੀ ਦੇ ਦਰਸ਼ਨ ਕਰਨ, ਇਸ ਸਰੋਵਰ 'ਚ ਇਸ਼ਨਾਨ ਕਰਨ ਜੀ। ਅਤੇ ਇਸ਼ਨਾਨ ਕਰਨ ਵੇਲੇ ਜੋ ਪਹਿਲੀ ਵਾਰੀ ਹੁੰਦੀ, ਜਿਵੇਂ ਪਹਿਲਾ ਸ਼ਨੀਵਾਰ ਹੈ ਜੀ, ਤਾਂ ਆਪਾਂ ਜੋ ਵੀ ਕੁਛ ਪਾ ਕੇ ਆਵਾਂਗੇ ਇੱਥੇ, ਚੱਪਲ ਚੂੜੀਆਂ ਜੋ ਵੀ ਹੈ ਨਾ, ਆਪਣੇ ਕੱਪੜੇ ਵਸਤਰ ਜੋ ਵੀ ਹੋਣਗੇ, ਗਲੇ 'ਚ ਹਾਰ ਹੋਊਗਾ, ਪੈਰਾਂ 'ਚ ਕੁਛ ਵੀ ਹੋਊਗਾ, ਉਹ ਇੱਥੇ ਲਾ ਕੇ ਜੀ ਆਪਾਂ ਆਪਣੇ ਨਵੇਂ ਕੱਪੜੇ ਪਾ ਕੇ ਘਰ ਜਾਵਾਂਗੇ। ਆਪਾਂ ਉਹਨਾਂ ਨੂੰ ਨਾਲ ਨਹੀਂ ਲੈ ਜਾ ਸਕਦੇ। ਜੋ ਇਸ਼ਨਾਨ ਕਰਨਾ ਜੀ ਉਹ ਚਾਹੇ ਸਵੇਰੇ ਚਾਹੇ ਸ਼ਾਮ ਨੂੰ, ਸ਼ਨੀਵਾਰ 3 ਸ਼ਨੀਵਾਰ ਇਸ਼ਨਾਨ ਕਰਨਾ ਜੀ ਲਗਾਤਾਰ। ਲੇਡੀਜ਼ ਲਈ ਵੀ ਇੱਥੇ ਇਸ਼ਨਾਨ ਘਰ ਬਣੇ ਹੋਏ ਨੇ ਜੀ, ਆਹ ਸਾਹਮਣੇ ਦੇਖ ਲਓ। ਲੋਕਾਂ ਦੀ ਮੰਨਤਾ ਅਨੁਸਾਰ ਇਹੀ ਹੈ ਜੀ ਕਿ ਆਪਾਂ ਇਹਨਾਂ ਵਿੱਚ 3 ਸ਼ਨੀਵਾਰ ਨਹਾਉਂਦੇ ਹਾਂ, ਇਸ਼ਨਾਨ ਕਰਦੇ ਹਾਂ, ਤਾਂ ਆਪਣੇ ਜੋ ਆਪਾਂ ਨੂੰ ਬਿਮਾਰੀ ਹੁੰਦੀ ਜਾਂ ਆਪਣਾ ਦੁੱਖ ਦਰਦ ਹੁੰਦਾ ਉਹ ਦੂਰ ਹੋ ਜਾਂਦੇ ਨੇ। ਸੋ ਇਹ ਸੀ ਜੀ ਬਾਬਾ ਬਿਹਰਬਲ ਸਿੱਤ ਜੀ। ਜ਼ਰੂਰ ਆਓ ਇੱਕ ਵਾਰੀ ਜਾਖਲ ਰੋਡ 'ਤੇ ਆ ਜੀ। ਬਾਕੀ ਤੁਹਾਨੂੰ ਕੁਝ ਨਹੀਂ ਸਮਝ ਆਉਂਦਾ, ਕੁਝ ਪੁੱਛਣਾ ਹੋਵੇ ਕਮੈਂਟਾਂ ਵਿੱਚ ਜ਼ਰੂਰ ਪੁੱਛੋ ਜੀ। ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ, ਸਬਸਕ੍ਰਾਈਬ, ਲਾਈਕ ਜ਼ਰੂਰ ਕਰੋ ਜੀ। ਅਤੇ ਸਾਡੇ ਤੋਂ ਕੋਈ ਭੁੱਲ ਚੁੱਕੋ ਜੀ, ਸਾਨੂੰ ਮਾਫ਼ ਕਰਿਓ ਜੀ। ਦਿਲੋਂ ਧੰਨਵਾਦ ਜੀ ਸਾਰਿਆਂ ਦਾ। ਸੋ ਇੱਥੇ ਕਰਦੇ ਹਾਂ ਵੀਡੀਓ ਨੂੰ ਸਮਾਪਿਤ ਜੀ। ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਕੋਈ ਇਤਿਹਾਸਕ ਜਗ੍ਹਾ ਨੂੰ ਲੈ ਕੇ ਜੀ। ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ ਜੀ ਸਾਰਿਆਂ ਦਾ।